بسم الله الرحمن الرحيم شروع ہے اللہ دے نام نال جڑا بہت مہربان ہے نہایت رحم والا ہے۔ ويل للمطففين الذين اذا اكتالوا على الناس يستوفون واذا كالوهم او وزنوهم يخسرون الا يظن اولئك انهم مبعوثون ليوم عظيم يوم يقوم الناس لرب العالمين۔ کچھ تولن ویلے ڈنڈی مارن والیاں کیتے شامت ہے خدا دی، یہ وہ لوگ ہیں جو جڈاں لوکاں کنوں گھنن ਗਿਣਨ ਲੱਗਦੇ ਨੇ ਤਾਂ ਪੂਰਾ ਪੂਰਾ ਕਰਦੇ ਗਿਣਦੇ ਨੇ ਅਤੇ ਜਦ ਉਹਨਾਂ ਕੋ ਤੋਲਦੇ ਨੇ ਤਾਂ ਡੰਡੀ ਮਾਰ ਗਿਣਦੇ ਨੇ। ਕਿਆ ਇਹਨਾਂ ਕੋ ਯਕੀਨ ਨਹੀਂ ਆਉਂਦਾ ਜੋ ਉਹਨਾਂ ਦੇ ਹਿਸਾਬ ਕਿਤਾਬ ਕਿਤੇ ਜੀਵਾ ਖੜੇ ਕੀਤੇ ਹੋਏ ਸਨ। ਇੱਕ ਬਹੁ ਵੱਡੇ ਬਾਰੇ ਨੀ ਕਿਤੇ ਊ ਨੀ ਸਾਰੇ ਇਨਸਾਨ ਤਮਾਮ ਜਹਾਨ ਦੇ ਪਾਲਣ ਵਾਲੇ ਰੱਬ ਦੇ ਸਾਹਮਣੇ ਪੇਸ਼ ਥੇ ਖੜੇ ਹੋ ਸਨ। كتاب الفجار لفي سجين وما أدراك ما سجين كتاب مرقوم ويل يومئذ للمكذبين الذين يكذبون بيوم الدين وما يكذب به إلا كل معتد أثيم إذا تتلى عليه آياتنا قال أساطير الأولين۔ ਕੋਈ ਵਜ੍ਹਾ ਨਹੀਂ ਬੇਸ਼ੱਕ ਬਦ ਕਿਰਦਾਰਾਂ ਦਾ ਅਮਾਲਨਾਮਾ ਸਿਜੀਨ ਯਾਨੀ ਰਜਿਸਟਰ ਵਿੱਚ ਲਿਖਿਆ ਹੋਇਆ ਹੈ ਅਤੇ ਤੈਂ ਕਿਆ ਸਮਝਿਆ ਹੈ ਜੋ ਉਹ ਸਿਜੀਨ ਯਾਨੀ ਲਿਖਿਆ ਹੋਇਆ ਰਜਿਸਟਰ ਕਿਆ ਹੈ? ਉਹ ਇੱਕ ਲਿਖਿਆ ਹੋਇਆ ਰਜਿਸਟਰ ਯਾਨੀ ਦਫ਼ਤਰ ਹੈ। ਊਂ ਡੀ ਕੂੜ ਆਖਣ ਵਾਲਿਆਂ ਦੀ ਸ਼ਾਮਤ ਆਈ ਹੋਈ ਹੋ ਸੀ ਉਹਨਾਂ ਦੀ ਜਿਹੜੇ ਜੋ ਸਜ਼ਾ ਦੇ ਡੀ ਕੂੜ ਆਖੇਂਦੇ ਹਨ, ਪਰ ਊਂ ਕੂ ਕੋਈ ਵੀ ਕੂੜ ਨਹੀਂ ਆਦਾ ਸਿਵਾਏ ਉਹਦੇ ਜਿਹੜਾ ਹੱਦ ਕਨੂੰ ਵੱਧ ਤੇ ਗੁਨਾਹਗਾਰ ਹੈ। ਜਦਾਂ ਸਾਡਾ ਆਇਆ ਤਾਂ ਉਹ ਕੂ ਪੜ੍ਹਦੇ ਸੁਣਾਇਆ ਵੇਂਦੇ ਨੇ ਤਾਂ ਆਖੇਂਦੇ ਜੋ ਇਹ ਤਾਂ ਪਹਿਲੇ ਵਕਤਾਂ ਦੇ ਲੋਕਾਂ ਦੀਆਂ ਕਹਾਣੀਆਂ ਹਨ। ਕੱਲਾ ਬਲ ਰਾਨ ਅਲਾ ਕੁਲੂਬਿਹਿਮ ਮਾ ਕਾਨੂ ਯਕਸਬੂਨ ਕੱਲਾ ਇਨਹੁਮ ਅਰ ਰਬਹਿਮ ਯੌਮ ਇਦਿਲ ਲਮਹਜੂਬੂਨ ثم إنهم لصال الجحيم ثم يقال هذا الذي كنتم به تكذبون۔ ਇਹ ਹਰਗਜ਼ ਕਹਿਣੀ ਇਹਨਾਂ ਦੇ ਦਿਲੀ ਉੱਤੇ ਦਾਗ ਲਾ ਦਿੱਤੇ ਅਤੇ ਇਹਨਾਂ ਦਾ ਅਮਲਾਂ ਦਾ ਜਿਹੜਾ ਉਹ ਕਰਦੇ ਇਹ ਕਹਿਣੀ ਬਲਕਿ ਉਹ ਆਪਣੇ ਰੱਬ ਕਨੂੰ ਵੀ ਊਂਡੀ ਪਰੇ ਕੀਤੇ ਹੋਏ ਹੋ ਸਨ। ਵੱਲ ਯਕੀਨਨ ਉਹ ਸਾਰੇ ਦੋਜ਼ਖ ਵਿੱਚ ਵੜਵੇ ਸਨ। ਵੱਲ ਉਹਨਾਂ ਕਿਤੇ ਉਹਨਾਂ ਕੋ ਆਖਿਆ ਹੋਵੇ ਸੀ ਜੋ ਇਹ ਤਾਂ ਉਹ ਕੁਝ ਹੈ ਜਿਹੜਾ ਕੁਝ ਜੇ ਕੋ ਤੁਸਾਂ ਕੂੜ ਆਦੇ ਹੋਵੇ। ਕੱਲਾ ਇਨ ਕਿਤਾਬ ਅਲ ਅਬਰਾਰ ਲਫੀ ਇਲੀਨ ਵਮਾ ਅਦਰਾਕ ਮਾ ਇਲੀਯੂਨ। ਇਹ ਕਹਿਣੀ ਤਹਿਕੀਕ ਨੇਕ ਲੋਕਾਂ ਦੇ ਅਮਾਲਨਾਮੇ ਉੱਚੇ ਰੁਤਬੇ ਵਾਲੇ ਰਜਿਸਟਰ ਯਾਨੀ ਇਲੀਯੀਨ ਵਿੱਚ ਦਰਜ ਹੋ ਸਨ ਤੇ ਕੋ ਕਿਆ ਪਤਾ ਜੋ ਉੱਚੇ ਦਰਜੇ ਵਾਲਾ ਲੋਕਾਂ ਦਾ ਰਜਿਸਟਰ ਇਲੀਯੂਨ ਕਿਆ ਹੈ? ਕਿਤਾਬ مرقوم يشهده المقربون إن الأبرار لفي نعيم على الأرائك ينظرون تعرف في وجوههم نظرة النعيم يسقون من رحيق مختوم ختامه مسك
وفي ذلك فليتنافس المتنافسون ومزاجه من تسنيم عينا يشرب بها المقربون وہ ایک لکھی ہوئی کتاب ہے جن دی گواہی اللہ دے قرب والے فرشتے دیندن یقیناً نیک بندے نعمتاں والی جا وچ ہوسن تختاں تے بیٹھے نظارے کرندے پئے ہوسن تو انہاں دے منہاں تے نعمتاں والی رونق دیکھ سیں انہاں دے انہاں کو مہر بند خالص پیون والی شائے پلائی وے سی ان دے اتے مشک دی مہر لگی ہوئی ہو سی اتے ای سلسلے وچ ان دی رغبت رکھن والے ਇੱਕ ਬੇਕਾਨੂੰਨ ਨਿਸੰਗ ਅੱਗੋਂ ਵੱਧ ਵੰਜਣ ਕਿਤੇ ਪੇਸ਼ ਕੋਸ਼ਿਸ਼ ਪੇ ਕਰੇ ਸਨ ਅਤੇ ਉਹਦੇ ਵਿੱਚ ਤਸਨੀਮ ਦਾ ਸਵਾਦ ਵੀ ਆ ਸੀ ਇਹ ਤਸਨੀਮ ਇੱਕ ਚਸ਼ਮਾ ਹੈ ਜਿਹਦੇ ਵਿੱਚੋਂ ਅੱਲਾ ਦੇ ਕੁਰਬ ਵਿੱਚ ਰਹਿਣ ਵਾਲੇ ਪੀਂਦੇ كانوا من الذين آمنوا يضحكون وإذا مروا بهم يتغامزون وإذا انقلبوا إلى أهلهم انقلبوا فكهين وإذا رأوهم قالوا إن هؤلاء لضالون وما أرسلوا عليهم حافظين فاليوم الذين آمنوا من الكفار يضحكون على الأرائك ينظرون هل ثوب الكفار ما كانوا يفعلون تحقیق او لوگ جڑے گنہگار ہیں ਉੱਥਾਂ ਉਹਨਾਂ ਲੋਕਾਂ ਨਾਲ ਜਿਹੜੇ ਜੋ ਈਮਾਨ ਖੇਨਾਏ ਹਨ ਖਿੱਲਾ ਮਜ਼ਾਕਾਂ ਕਰਦੇ ਹਨ ਅਤੇ ਜਿਹੜੇ ਵੇਲੇ ਇਹਨਾਂ ਦੇ ਕੋਲੋਂ ਲੰਘਦੇ ਹਨ ਤਾਂ ਆਪਸ ਵਿੱਚ ਅੱਖੀ ਮਰਦੇ ਹਨ ਅਤੇ ਜਦੋਂ ਆਪਣੇ ਘਰ ਵਾਲਿਆਂ ਤੋਂ ਵੱਲ ਆਵੇਨ ਤਾਂ ਵੀ ਖਿੱਲਾ ਮਜ਼ਾਕਾਂ ਕਰਦੇ ਆਉਂਦੇ ਹਨ ਬਲਕਿ ਜਦੋਂ ਵੀ ਇਹਨਾਂ ਕੋਲ ਦੇਖਦੇ ਹਨ ਤਾਂ ਆਖਦੇ ਹਨ ਕਿ ਇਹ ਤਾਂ ਅਸਲੂ ਗੁੰਮਰਾਹ ਲੋਕ ਹਨ ਹਾਲਾਂਕਿ ਇਹਨਾਂ ਕੋਲ ਉਹਨਾਂ ਉੱਤੇ ਪਹਿਰੇਦਾਰ ਬਣਾ ਤੇ ਨਾ ਭੇਜਿਆ ਗਿਆ ਬਸ ਅੱਜ ਦੇ ਦੀ ਤਾਂ ਈਮਾਨ ਘਿਨ ਆਉਣ ਵਾਲੇ ਲੋਕ ਕਾਫਰਾਂ ਉੱਤੇ ਖਿੱਲਾ ਮਜ਼ਾਕਾਂ ਪੇ ਕਰੇ ਸਨ ਆਪਣੇ ਤਖਤਾਂ ਉੱਤੇ ਬੈਠੇ ਹੋਏ ਸਾਰੇ ਹਾਲਾਤ ਦੇਖਦੇ ਪਏ ਹੋ ਸਨ ਕਿਆ ਕਾਫਰਾਂ ਕੋ ਉਹਦਾ ਪੂਰਾ ਪੂਰਾ ਸਵਾਬ ਯਾਨੀ ਬਦਲਾ ਦਿੱਤਾ ਗਏ ਜਿਹੜਾ ਕੁਝ ਉਹ ਕਮਾਂਦੇ ਕਰਦੇ ਰਹੀਏ ਹਨ